ਤਨਵੀਰੋ ਸਤਿ ਸ਼੍ਰੀ ਅਕਾਲ, ਮੈਂ ਬਲਵੀਰ ਸਿੰਘ ਜੜੀਆ, ਪਿੰਡ ਧਰਮਗੜ੍ਹ, ਤਹਿਸੀਲ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਕਿਸਾਨ ਵੀਰੋ, ਇਹ ਜਿਹੜੀ ਕਣਕ ਹੈ ਜਿਹਦੇ 'ਚ ਅਸੀਂ ਰੋਗਿੰਗ ਕਰ ਰਹੇ ਹਾਂ, ਇਹ DVW 372 ਹੈ ਜਿਹੜੀ ਕਣਕ ਅਤੇ ਜੌਂ ਸਥਾਨ ਕਰਨਾਲ ਨੇ ਇਸੇ ਸਾਲ ਇਹ ਰਿਲੀਜ਼ ਕਰੀ ਹੈ। ਅਤੇ ਇਸ ਕਣਕ ਦਾ ਜਿਹੜਾ ਐਵਰੇਜ ਝਾੜ ਹੈ ਉਹ 75.3 ਕੁਇੰਟਲ ਪਰ ਹੈਕਟਰ, ਜਾਣੀ ਉਸ ਝਾੜ ਬਣਦਾ ਇਹਦਾ 30 ਕੁਇੰਟਲ 12 ਕਿਲੋ। ਇਸ ਕਣਕ ਦੀ ਜਿਹੜੀ ਝਾੜ ਦੀ ਸਮਰੱਥਾ ਉਹ 84.9 ਕੁਇੰਟਲ ਪਰ ਹੈਕਟਰ ਹੈ, ਜਾਣੀ 33 ਕੁਇੰਟਲ 96 ਕਿਲੋ ਪਰ ਏਕੜ ਬਣਦੀ ਹੈ। ਜਿਹੜੀ ਕਰਨਾਲ ਵਾਲਿਆਂ ਨੇ ਕੱਢ ਕੇ ਦੇਖਿਆ ਇਹਦਾ ਸਮਰੱਥਾ, ਬੀਜ ਕੱਢ ਕੇ ਦੇਖਿਆ ਝਾੜੇ ਦਾ, ਅਤੇ ਪੱਕਣ ਲਈ ਤਕਰੀਬਨ 151 ਦਿਨ ਲੈਂਦੀ ਹੈ। ਕਈ ਵਾਰੀ ਗਰਮੀ ਜ਼ਿਆਦਾ ਹੁੰਦੀ ਹੈ ਤਾਂ ਕਣਕਾਂ ਥੋੜ੍ਹਾ ਛੇਤੀ ਪੱਕ ਜਾਂਦੀਆਂ ਨੇ, ਅਤੇ ਕਈ ਵਾਰੀ ਠੰਡ ਹੁੰਦੀ ਹੈ ਤਾਂ ਕਣਕ ਥੋੜ੍ਹਾ ਜ਼ਿਆਦਾ ਦਿਨ ਵੀ ਲੈ ਸਕਦੀ ਹੈ। ਅਤੇ ਇਹਦਾ ਉਚਾਈ ਹੈ ਜਿਹੜੀ 96 ਸੈਂਟੀਮੀਟਰ ਹੈ। ਕੁਦਰਤੀ ਆਫਤਾਂ ਦਾ ਇਹ ਕਣਕ ਮੁਕਾਬਲਾ ਕਰੂਗੀ। ਐਤਕੀ ਬਹੁਤ ਹਨੇਰੀਆਂ ਚੱਲੀਆਂ ਨੇ, ਮੀਂਹ ਪਏ ਨੇ, ਝੱਖੜ ਆਏ ਨੇ, ਇਹ ਕਣਕ ਬਿਲਕੁਲ ਸਿੱਧੀ ਖੜੀ ਹੈ, ਕਿਤੇ ਵੀ ਨਹੀਂ ਡਿੱਗੀ ਹੈਗੀ। ਪੰਜਾਬ ਦੇ ਵਿੱਚ ਤੁਸੀਂ ਦੇਖਿਆ ਬਹੁਤ ਸਾਰੀਆਂ ਜਿਹੜੀਆਂ ਕਣਕਾਂ ਨੇ ਉਹ ਡਿੱਗੀਆਂ ਲੰਮੀਆਂ ਪੈ ਗਈਆਂ, ਅਤੇ ਹਵਾ ਨੇ ਬੜਾ ਨੁਕਸਾਨ ਕਰਿਆ, ਪਰ ਇਹ ਜਿਹੜੀ ਕਣਕ ਹੈ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਦੀ ਹੈ। ਅਤੇ ਸਾਡਾ ਜਦੋਂ ਇਹਨੂੰ ਅਸੀਂ ਕੱਟਾਂਗੇ ਅਤੇ ਫਿਰ ਅਸੀਂ ਝਾੜ ਦੱਸਾਂਗੇ ਵੀ ਕਿੰਨਾ ਆਉਂਦਾ। ਅਤੇ ਆਸ ਕਰਦੇ ਹਾਂ ਵੀ ਸਾਡੀ ਜਿਹੜੀ ਕਣਕ ਹੈ ਬਹੁਤ ਟੌਪ ਦੀ ਕਹਿ ਸਕਦੇ ਹਾਂ, ਵੀ ਸਿਰੇ ਦੀ ਕਣਕ ਕਹਿ ਲਓ ਇਹਨੂੰ, ਅਤੇ ਬਹੁਤ ਚੰਗੀ ਕਣਕ ਲੱਗ ਰਹੀ ਹੈ।